मैं सर नहीं कोई गल नहीं चलो जी अपना नाम मेरा नाम प्रितपाल सिंह जी बड़ा जी वाहेगुरु जी हाँ जी अज मेले बारे की अज के मेले संत साहब श्री गुरु जी बाबा बुढ़ा साहब जी का अगला जोड़ मेला ये 5, 6 ते 7 नूं मनाया जाता बड़ी उत्साह नाल मनाया जाता है। ये भीर जी अपना अज साडे कोल ग्राइंड नूं टाइम नहीं सी लगा संगतां ने इन्ना संजोग दिता भी आप ही खुद आण के जो रस्ता जो माया आप खुद आण के सानू महाराज ने हिस्सा पाया वा जिस तरह के प्रबंध किए जी प्रबंध बहुत वधिया किए जी अं हर साल जाने कि साडा प्रोजैक्ट 8-9 लाख रुपए का प्रोजैक्ट हुंदा साडा सारी संगत दे संजोग नाल गुरु की बडाई दे संजोग नाल छाटा साहिब दी संगत दी संजोग नाल जिन्नियां कलोनियां बड़े उत्साह नाल सेवा ते माया दी सेवा करदे ने। किन्ने दिन चलदा जी ये वाहिगुरु जी? 3 दिन का मेला जी लंगर भंडारे चलते हाँ दिन रात चलते वाहिगुरु 2 रात 3 दिन का चलता जी ये चलिया पूड़ियाँ छोले आदि खीर कल चलन गए जलेब और ही सदका जरदा वगैरह सब कुछ छाई हाँ जी संगतान मैं कहना भी बस छा के इतना महाराज कृपा करे बस चढ़ के आप ही सेवा आप ही महाराज बाबा बुढ़ा साहब आप ही खुशे लुट लिया करो। माझे का सब तो वड्डा मेला जी ये कि हालात सरकार वालों कोई प्रशासन वालों कोई संजोग मिलता जी प्रशासन भी कोई नहीं संजोग मिलता अं हार अक के धरने ला के वेंदे भी आ सड़क टुटी आ कोई सड़क वाल नहीं ध्यान करता जे कोई इलाके का कोई काम कोई भी आ तो कुछ भी नहीं सुनाई होंगी जे तो गोदाम लागे गोदामा की इन्नी सारे इलाके साड़ी सुसरी की प्रॉब्लम बहुत ज़्यादा वा जाने के बहुत मंदा हाल है। फिर भाइया भैनों को बेनती है आ रही है सब नूं बेनती परिवारों समेत आके नाले सेवा करो प्रशासन बेनती है कि जल्दी तो जल्दी लोह लंगर की सेवा से पहुंचने की कृपालता करो प्रमाण कर सरती बाबा बुढ़ा जी गोबिंद साहब जी जन्म स्थान नगर गुरु की बटाली बेनती आ जाओ अगे लाओ गुरु साहब जी गुरु साहब तो बल पाओ स्थान आ जाओ बेनती आ जाओ गुरु के लंगर छोटा बेनती आ जाओ गर्मा गर्म प्रशादा पूड़ियाँ छोले पनीर गर्मा गर्म चावल लंगर छक के वाहेगुरु जी गुरु के लंगर छक के गर्मा गर्म फुलवड़ियाँ पकौड़े गर्मा गर्म दाल प्रशादा आ जाओ गुरु के लंगर छक के इधर आओ के छोले पनीर गर्मा गर्म Thank you.
ਮੇਰਾ ਨਾਮ ਨਿਸ਼ਾਨ ਸਿੰਘ ਆ ਜੀ ਡੇਰੀ ਵਾਲਾ ਅੱਜ ਦੇ ਮੇਲੇ ਬਾਰੇ ਦੱਸੋ ਅੱਜ ਦਾ ਮੇਲਾ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦਾ ਜੋੜ ਮੇਲਾ ਬੜੇ ਸ਼ਾਹ ਨਾਲ ਸਾਧ ਸੰਗਤਾਂ ਮਨਾ ਰਹੀਆਂ ਨੇ ਇਸ ਸਬੰਧ 'ਚ ਮਨਾਇਆ ਜਾਂਦਾ ਤਨ ਤਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਸੀ ਸਾਡੇ ਇੱਥੇ ਗੁਰੂ ਕੀ ਵਡਾਲੀ ਦੇ ਵਿੱਚ ਸਾਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਆਪਣੇ ਚਰਨਾਂ ਦੇ ਵਿੱਚ ਜਨਮ ਦਿੱਤਾ ਸਾਨੂੰ ਵੀ ਇਹ ਸੇਵਾ ਕਰਨ ਦਾ ਸੁਹਾਗਾ ਪ੍ਰਾਪਤ ਹੋਇਆ ਅਤੇ ਅਸੀਂ ਇਹ ਮੇਲਾ ਸੰਗਤ ਦੇ ਉਤਸ਼ਾਹ ਨਾਲ ਸੰਗਤਾਂ ਬੜੇ ਚਾਵਾਂ ਅਤੇ ਸ਼ਾਹ ਨਾਲ ਮਨਾ ਰਹੀਆਂ ਨੇ ਇਹ ਸੰਗਤ ਦੀਆਂ ਲੱਖ ਇਹ 3 ਦਿਨ ਮੇਲਾ ਚੱਲਦਾ ਜੀ 5, 6, 7 ਤਰੀਕ ਨੂੰ ਅਤੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੀਆਂ ਇਲਾਕੇ ਦੀਆਂ ਹਿੰਦੁਸਤਾਨ ਦੀਆਂ ਸਾਰੀਆਂ ਪੰਜਾਬ ਦੀਆਂ ਸੰਗਤਾਂ ਬੜੇ ਚਾਵਾਂ ਅਤੇ ਸ਼ਾਹ ਨਾਲ ਮਾਝੇ ਦਾ ਬਹੁਤ ਵੱਡਾ ਮੇਲਾ ਮਨਾਉਂਦੀਆਂ ਨੇ ਮਹਾਨਤਾ ਇਹ ਆ ਜੀ ਬਾਬਾ ਬੁੱਢਾ ਸਾਹਿਬ ਜੀ ਪੁੱਤਰਾਂ ਦੇ ਦਾਨੀ ਕਿਸੇ ਵੀ ਵਰ ਤੋਂ ਕਿਸੇ ਨੂੰ ਵਾਂਝਾ ਨਹੀਂ ਰੱਖਦੇ ਜੋ ਵੀ ਕੋਈ ਆਪਣੀਆਂ ਆਸਾਂ ਮੁਰਾਦਾਂ ਲੈ ਕੇ ਆਉਂਦਾ ਹੈ ਬਾਬਾ ਬੁੱਢਾ ਸਾਹਿਬ ਦੀਆਂ ਉਹਦੀਆਂ ਸਾਰੀਆਂ ਆਸਾਂ ਮੁਰਾਦਾਂ ਪੂਰੀਆਂ ਕਰਦੇ ਨੇ ਖੁਸ਼ੀਆਂ ਦੀਆਂ ਝੋਲੀਆਂ ਭਰਦੇ ਨੇ ਇਹ ਜੀ ਅਸੀਂ ਦੇਖ ਰਹੇ ਜੀ ਕਿਸਾਨਾਂ ਦਾ ਚੈਨਲ ਵੀ ਲਾਏ ਨੇ ਤੁਹਾਡੇ ਨੇ ਕਿਸਾਨੀ ਅੰਦੋਲਨ ਹਾਂਜੀ ਇੱਕ ਇੱਕ ਕਿਸਾਨੀ ਦਾ ਅੰਦੋਲਨ ਵੀ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਜੀ ਲਗਭਗ ਸਾਲ ਤੋਂ ਉੱਤੇ ਸਾਨੂੰ ਹੋ ਗਿਆ ਏ 80 ਦੇ ਲਾਗੇ ਵਸੇ ਅਸੀਂ ਜਾਨਾਂ ਗਵਾ ਚੁੱਕੇ ਹਾਂ ਇਹ ਬੜਾ ਵੱਡਾ ਅੰਦੋਲਨ ਚੱਲ ਗਿਆ ਏ ਇਹ ਸਰਕਾਰਾਂ ਨੂੰ ਇਸ ਅੰਦੋਲਨ ਬਾਰੇ ਸੋਚਣਾ ਚਾਹੀਦਾ ਏ ਸਰਕਾਰਾਂ ਇਸ ਤੇ ਥੋੜ੍ਹੀ ਵੀ ਗੰਭੀਰਤਾ ਨਹੀਂ ਲੈ ਰਹੀਆਂ ਕਿਉਂਕਿ ਸਾਡੀਆਂ ਸ਼ਹੀਦੀਆਂ ਦਿਨ ਪ੍ਰਤੀ ਦਿਨ ਵੱਧਦੀਆਂ ਜਾ ਰਹੀਆਂ ਨੇ ਸਰਕਾਰ ਸਾਡੇ ਤੇ ਤਸ਼ੱਦਦ ਕਰਦੀ ਆਉਂਦੀ ਹੈ ਕਦੀ ਸਾਨੂੰ ਹਰਿਆਣੇ ਤਸ਼ੱਦਦ ਕਰਦਾ ਕਦੀ ਸਾਨੂੰ ਲਖਨਪੁਰ ਚ ਤਸ਼ੱਦਦ ਕਰਦਾ ਗੱਡੀਆਂ ਚੜਾ ਕੇ ਸਾਨੂੰ ਕੁਚਲਿਆ ਜਾ ਰਿਹਾ ਏ ਪਰ ਅਸੀਂ ਇਹ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਅਸੀਂ ਭਾਵੇਂ 2% ਦੀ ਸੰਖਿਆ ਦੇ ਵਿੱਚ ਹਾਂ 2% ਤੇ ਬੜੀ ਵੱਡੀ ਗੱਲ ਆ ਭਾਵੇਂ ਅਸੀਂ 10 ਸਿੰਘ ਹੀ ਖੜੇ ਹੋ ਜਾਈਏ ਸਰਕਾਰ ਸਾਨੂੰ ਕਿਸੇ ਵੀ ਕੰਮ 'ਚ ਫੇਲ ਨਹੀਂ ਕਰ ਸਕਦੀ ਇਹੀ ਮੋਰਚਾ ਜਿੱਤਾਂਗੇ ਅਵਸ਼ ਜਿੱਤਾਂਗੇ ਕਿਸਾਨੀ ਅੰਦੋਲਨ ਦੇ ਮੋਰਚੇ ਦੀ ਫਤਿਹ ਵਾਸਤੇ ਵੀ ਅਰਦਾਸਾਂ ਕੀਤੀਆਂ ਗਈਆਂ ਬਿਲਕੁਲ ਜੀ ਅਸੀਂ ਨਿੱਤ ਰੋਜ਼ ਅੰਮ੍ਰਿਤ ਵੇਲੇ ਵੀ ਅਰਦਾਸ ਕਰਦੇ ਹਾਂ ਹਰ ਗੁਰਦੁਆਰਾ ਸਾਹਿਬ 'ਚ ਹਰ ਸਿੱਖ ਦਾ ਧਰਮ ਬਣਦਾ ਹੈ ਵੀ ਇਹ ਕਿਸਾਨੀ ਅੰਦੋਲਨ ਦੀ ਅਰਦਾਸ ਕਰੇ ਕਿ ਗੁਰੂ ਮਹਾਰਾਜ ਇਹਦੇ ਪਿੱਛੇ ਆਪਣਾ ਹੱਥ ਰੱਖ ਕੇ ਚੜ੍ਹਦੀ ਕਲਾ ਦੇ ਵਿੱਚ ਇਹ ਕਿਸਾਨੀ ਅੰਦੋਲਨ ਨੂੰ ਚਲਾਈ ਰੱਖਣ ਅਤੇ ਸਰਕਾਰਾਂ ਨੂੰ ਬੁੱਧ ਮਤ ਪਾਉਣ ਕਿ ਇਹ ਬੜਾ ਵੱਡਾ ਸਰਕਾਰਾਂ ਨੇ ਸੰਘਰਸ਼ ਚਲਾਤਾ ਹੈ ਇਹ ਮੋਦੀ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਇਸ ਇਹ ਇੱਕ ਇਕੱਲਾ ਕਿਸਾਨੀ ਦਾ ਨਹੀਂ ਇਹਦੇ ਨਾਲ ਮਜ਼ਦੂਰ ਵੀ ਮਰਨਾ ਹੈ ਦੁਕਾਨਦਾਰ ਵੀ ਮਰਨਾ ਹੈ ਇਹ ਬਹੁਤ ਵੱਡੇ ਪੱਧਰ 'ਤੇ ਸਾਡੇ ਪੰਜਾਬ ਦਾ ਨੁਕਸਾਨ ਹੋਣਾ ਹੈ ਪਰ ਅਸੀਂ ਇਸ ਨੂੰ ਵਾਪਸ ਨਹੀਂ ਆਉਣ ਦਿਆਂਗੇ ਅਸੀਂ ਇਸ ਸੰਘਰਸ਼ ਨੂੰ ਜਿੱਤ ਕੇ ਹੀ ਆਪਣੀ ਜਿੱਤ ਪ੍ਰਾਪਤ ਕਰਾਂਗੇ ਅਸੀਂ ਦੱਸ ਚੁੱਕੇ ਹਾਂ ਭਾਵੇਂ ਸਾਡੀਆਂ ਸ਼ਹੀਦੀਆਂ ਜਿੰਨੀਆਂ ਮਰਜ਼ੀ ਹੋ ਜਾਣਾ ਅਸੀਂ ਸਰਕਾਰਾਂ ਕਹਿੰਦੀਆਂ ਨੇ ਸਾਨੂੰ ਤੁਸੀਂ 2% ਜੇ 2% ਤਾਂ ਬੜੀ ਦੂਰ ਦੀ ਗੱਲ ਆ ਹਾਲੀ 10 ਸਿੱਖ ਵੀ ਰਹਿ ਜਾਈਏ ਧਰਤੀ 'ਤੇ ਤਾਂ ਵੀ ਅਸੀਂ ਇਹ ਅੰਦੋਲਨ ਕਾਮਯਾਬ ਨਹੀਂ ਹੋਣ ਦੇਣਾ ਅੰਦੋਲਨ ਜਿੱਤਣਾ ਹੈ ਸਰਕਾਰ ਨੂੰ ਕਾਮਯਾਬ ਨਹੀਂ ਹੋਣ ਦੇਣਾ ਇਹਦੀਆਂ ਗੱਲਾਂ ਕਹਿੰਦਾ ਸਮਾਂ ਦਾ ਜਾਪਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।